प्यारे बच्चों सत श्री अकाल ਅਸੀਂ ਪੜ ਰਹੇ ਹਾਂ ਦਿੱਲੀ ਬੋਰਡ ਦੀ ਜਮਾਤ 8ਵੀਂ ਦਾ ਪਾਠ ਨੋਵਾ ਦਿੱਲੀ ਦਾ ਰਾਜ ਪੰਛੀ ਚਿੜੀ ਰਾਜ ਪੰਛੀ ਦਿੱਲੀ ਦਾ ਰਾਜ ਪੰਛੀ ਚਿੜੀ ਬੱਚੋ ਤੁਸੀਂ ਚਿੜੀ ਤਾਂ ਦੇਖੀ ਹੋਣੀ ਹੈ ਆਪਣੇ ਘਰਾਂ ਦੇ ਬਾਹਰ ਵੀ ਚਹਿਕਦੀ ਸੁਣੀ ਹੋਣੀ ਹੈ ਚਿੜੀ ਛੋਟਾ ਜਿਹਾ ਪੰਛੀ ਦੇਖੋ ਕਿੰਨਾ ਪਿਆਰਾ ਪੰਛੀ ਹੁਣ ਇਸ ਬਾਰੇ ਆਪਾਂ ਪੜਾਂਗੇ ਸੰਸਾਰ ਵਿੱਚ ਵਿਚਰਨ ਵਾਲੇ ਜੀਵਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਕਿੰਨੀਆਂ ਸ਼੍ਰੇਣੀਆਂ ਵਿੱਚ ਤਿੰਨ ਕਿਹੜੀਆਂ-ਕਿਹੜੀਆਂ ਜਲਜੀਵ ਜਿਹੜੇ ਜਲ ਵਿੱਚ ਰਹਿੰਦੇ ਨੇ ਥਲਜੀਵ ਜਿਹੜੇ ਥਲ ਤੇ ਰਹਿੰਦੇ ਨੇ ਹਵਾ ਵਿੱਚ ਉੱਡਣ ਵਾਲੇ ਜੀਵ ਆਕਾਸ਼ ਵਿੱਚ ਉੱਡਣ ਵਾਲੇ ਜੀਵਾਂ ਵਿੱਚ ਚਿੜੀ ਇੱਕ ਛੋਟਾ ਜਿਹਾ ਜੀਵ ਹੈ ਮਨੁੱਖੀ ਜੀਵਨ ਨਾਲ ਚਿੜੀ ਦਾ ਅਟੁੱਟ ਰਿਸ਼ਤਾ ਹੈ ਅਟੁੱਟ ਸੰਬੰਧ ਹੈ ਜਿੱਥੇ-ਜਿੱਥੇ ਮਨੁੱਖ ਹੁੰਦਾ ਹੈ ਉੱਥੇ-ਉੱਥੇ ਇਹ ਜ਼ਰੂਰ ਮਿਲ ਜਾਂਦੀ ਹੈ ਕਈ ਵਾਰੀ ਮਨੁੱਖ ਦਾ ਘਰ ਹੀ ਉਸ ਦਾ ਘਰ ਹੁੰਦਾ ਹੈ ਅਤੇ ਮਨੁੱਖ ਦੀ ਰਸੋਈ ਵਿੱਚੋਂ ਹੀ ਆਮ ਕਰਕੇ ਚਿੜੀ ਨੂੰ ਆਪਣਾ ਨਿੱਕਾ ਜਿਹਾ ਢਿੱਡ ਭਰਨ ਲਈ ਕਾਫੀ ਖੁਰਾਕ ਮਿਲ ਜਾਂਦੀ ਹੈ ਚਿੜੀ ਸਿੱਧੀ ਤੇ ਨਿਚੱਕ ਨਿਚੱਕ ਮੈਨ ਕਿਸੇ ਤੋਂ ਚੀਜਕਦੀ ਨਹੀਂ ਨੀਚੇ ਅੱਕ ਸਾਡੇ ਹਰ ਕਮਰੇ ਵਿੱਚ ਪਹੁੰਚ ਜਾਂਦੀ ਹੈ ਇੱਕ ਕੋਨੇ ਤੋਂ ਦੂਜੇ ਕੋਨੇ ਤੇ ਜਾਂਦੀ ਹੈ ਕਦੇ ਖਿੜਕੀ ਵੱਲ ਤੇਜ਼ੀ ਨਾਲ ਫੁਦਕਦੀ ਹੈ ਕਦੇ ਸ਼ੀਸ਼ੇ ਅੱਗੇ ਬੈਠਦੀ ਹੈ ਅਤੇ ਉਸ ਵਿੱਚ ਆਪਣੇ ਪਰਛਾਵੇਂ ਨੂੰ ਵੇਖਦੀ ਹੈ ਤੇ ਕਈ ਵਾਰ ਉਹ ਚੀਜ਼ਾਂ ਨੂੰ ਠੁੰਗਾ ਮਾਰਨ ਲੱਗ ਪੈਂਦੀ ਹੈ ਜੇ ਉਸ ਨੂੰ ਕਦੇ ਕੋਈ ਕਮਰਾ ਵਧੇਰੇ ਹੀ ਪਸੰਦ ਆ ਜਾਂਦਾ ਹੈ ਤਾਂ ਉਹ ਉਹਤੇ ਰस्सियां ਕਾਹ ਦੇ ਤਿੱਲੇ ਆ ਆディ ਇਕੱਠੇ ਕਰਕੇ ਕਮਰੇ ਅੰਦਰ ਹੀ ਆਪਣਾ ਘਰ ਬਣਾ ਲੈਂਦੀ ਕਿੱਦਾਂ ਦਾ ਘਰ ਬਣਾਉਂਦੀ ਹੈ ਹੌਸਲਾ ਬਣਾ ਲੈਂਦੀ ਆਪਣਾ ਚਿੜੀਆਂ ਬਾਰੇ ਅਨੇਕ ਲੋਕ ਕਹਾਣੀਆਂ ਪ੍ਰਚਲਿਤ ਹਨ ਇਹਨਾਂ ਕਹਾਣੀਆਂ ਵਿੱਚ ਚਿੜੀ ਮਿਹਨਤ ਤੇ ਸਰਲਤਾ ਦੀ ਪ੍ਰਤੀਕ ਬਣ ਕੇ ਆਉਂਦੀ ਹੈ ਕਾਦੀ ਪ੍ਰਤੀਕ ਹੈ ਚਿੜੀ ਮਿਹਨਤ ਦੀ ਮਿਹਨਤ ਸਦਾ ਮਿਹਨਤ ਕਰਦੀ ਰਹੀ ਤਿੱਲੇ ਤਿੱਲੇ ਇਕੱਠੇ ਕਰਕੇ ਆਪਣਾ ਘਰ ਬਣਾਉਂਦੀ ਰਹਿੰਦੀ ਮਿਹਨਤ ਅਤੇ ਸਰਲਤਾ ਸਿੱਧੀ ਸਾਦੀ ਸਰਲ ਦੀ ਪ੍ਰਤੀਕ ਬਣ ਕੇ ਆਂਦੀ ਹੈ ਇਹ ਚਿੜੀ ਦੇ ਗੁਣ ਨੇ ਜਿਹੜੇ ਸਾਨੂੰ ਲੋਕ ਕਹਾਣੀਆਂ ਵਿੱਚ ਦੇਖਣ ਨੂੰ ਮਿਲਦੇ ਨੇ ਮਿਹਨਤ ਤੇ ਸਰਲਤਾ ਚਿੜੀ ਨੂੰ ਸਾਊ ਸੰਤੋਖੀ ਨਿਮਾਣਾ ਤੇ ਨਿਰਚਲ ਪੰਛੀ ਸਮਝਿਆ ਜਾਂਦਾ ਹੈ ਇਹ ਵੀ ਉਹਦੇ ਗੁਣਾਂ 'ਚ ਸ਼ਾਮਲ ਹੈ ਸਾਊ ਹੈ ਸਿੱਧੀ ਸਾਦੀ ਸੰਤੋਖੀ ਸੰਤੋਸ਼ ਵਾਲੀ ਹੈ ਨਿਮਾਣੀ ਜਈਏ ਨਿਰਚਲ ਕੋਈ ਚਾਲ ਨਹੀਂ ਉਹਦੇ ਵਿੱਚ ਕੋयल ਵਾਂਗੇ ਕਿਸੇ ਦੇ ਆਲ ਨੇ ਵੀ ਚਾਂਡੇ ਨਹੀਂ ਦਿੰਦੀ ਤੇ ਨਾ ਹੀ ਕਾਵਾ ਕਿਸੇ ਪੰਛੀ ਦੇ ਅੰਡੇ ਖਾਂਦੀ ਹੈ ਭਾਵ ਇਹ ਨਾ ਕੁਝ ਚੁੱਕਦੀ ਹੈ ਤੇ ਨਾ ਹੀ ਕੁਝ ਚੁਰਾਉਂਦੀ ਹੈ ਇਸ ਨੂੰ ਆਪਣਾ ਢਿੱਡ ਭਰਨ ਲਈ ਜੋ ਵੀ ਮਿਲਿਆ ਚੁਗ ਲੈਂਦੀ ਹੈ ਤੇ ਚਿੜੀ ਨੂੰ ਚਾਹੀਦਾ ਵੀ ਕਿੰਨਾ ਕੁ ਕੁਝ ਹੈ ਛੋਟਾ ਜਿਹਾ ਉਹਦਾ ਢਿੱਡ ਹੈ ਦੋ ਦਾਣਿਆਂ ਨਾਲ ਹੀ ਇਸ ਦਾ ਢਿੱਡ ਭਰ ਜਾਂਦਾ ਹੈ ਛੋਟਾ ਜਿਹਾ ਜੀਵ ਹੈ ਚਿੜੀ ਚਿੜੀ ਅਤੇ ਮਨੁੱਖ ਨੇ ਇੱਕ ਦੂਜੇ ਤੋਂ ਬਹੁਤ ਕੁਝ ਸਿੱਖਿਆ ਹੈ। ਚਿੜੀ ਅਤੇ ਮਨੁੱਖ ਨੇ ਇੱਕ ਦੂਜੇ ਕੋਲੋਂ ਬਹੁਤ ਕੁਝ ਸਿੱਖਿਆ ਹੈ। ਕੋਲ-ਕੋਲ ਰਹਿਣ ਵਾਲੇ ਪ੍ਰਾਣੀਆਂ ਦੇ ਅਚਾਰ-ਵਿਚਾਰ ਦਾ ਪ੍ਰਭਾਵ ਇੱਕ ਦੂਜੇ ਤੇ ਪੈਣਾ ਸੁਭਾਵਿਕ ਹੈ। ਜਿਹੜੇ ਨਾਲ ਨਰਹਿੰਦੇ ਹੋ ਇੱਕ ਦੂਜੇ ਕੋਲ ਕੁਝ ਨਾ ਕੁਝ ਸਿੱਖ ਲੈਂਦੇ ਨਾ। ਇਸੇ ਤਰ੍ਹਾਂ ਕਿਉਂਕਿ ਚਿੜੀ ਤੇ ਮਨੁੱਖ ਕੋਲ-ਕੋਲ ਰਹਿੰਦੇ ਮਨੁੱਖ ਦੇ ਘਰਾਂ ਦੇ ਆਲੇ-ਦੁਆਲੇ ਹੀ ਘੁੰਮਦੀ ਰਹਿੰਦੀ, ਉੱਡਦੀ ਰਹਿੰਦੀ, ਉੱਥੇ ਹੀ ਆਲੇ ਨੇ ਬਣਾ ਲੈਂਦੀ ਹੈ। ਚਿੜੀਆਂ ਪਉ ਫਟਾਲੇ ਨਾਲ ਦਿਨ ਚੜਦੇ ਹੀ ਮਨੁੱਖ ਨੂੰ ਆਲਸ त्यागन ਦਾ ਸੁਨੇਹਾ ਦਿੰਦੀਆਂ ਹਨ ਸਵੇਰੇ ਸਵੇਰੇ ਸਾਨੂੰ ਇਹਨਾਂ ਦੀ ਚੀਂ-ਚੀਂ ਦੀ ਆਵਾਜ਼ ਸੁਣਨ ਲੱਗ ਪੈਂਦੀ ਹੈ ਪੰਜਾਬੀ ਲੋਕ ਗੀਤ ਅਨੁਸਾਰ ਚਿੜੀਆਂ ਦੇ ਕੁਝ ਸੁਭਾਅ ਅਤੇ ਗੁਣ ਕੁੜੀਆਂ ਨਾਲ ਕਿਹਦੇ ਨਾਲ ਕੁੜੀਆਂ ਨਾਲ ਬਹੁਤ ਮਿਲਦੇ ਜੁਲਦੇ ਹਨ ਇੱਕ ਗੀਤ ਵੀ ਆਪਣਾ ਲੋਕ ਗੀਤ ਸਾਡਾ ਚਿੜੀਆਂ ਦਾ ਚੰਬਾਵੇ ਬਾਬਲ ਅਸਾਂ ਉੱਡ ਜਾਣਾ ਕੁੜੀਆਂ ਕਹਿੰਦੀਆਂ ਜਦੋਂ ਬਾਬਲ ਦਾ ਘਰ ਛੱਡ ਕੇ ਸੋਹਰੇ ਚਲ ਜਾਂਦੀਆਂ ਤੇ ਇਹ ਗੀਤ ਕਾਇਆ ਜਾਂਦਾ ਸੁਹਾਗ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ ਤੇ ਉੱਡ ਕੇ ਫਿਰ ਕਿੱਥੇ ਚਲ ਜਾਂਦੀਆਂ ਸੋਹਰੇ ਪਰ ਆਪਾਂ ਚਿੜੀਆਂ ਦੀ ਗੱਲ ਕਰ ਰਹੇ ਹਾਂ ਜਿਹੜੀ ਇੱਕ ਸਾਲ ਵਿੱਚ 3 ਵਾਰ ਅੰਡੇ ਦਿੰਦੀ ਹੈ ਅਤੇ ਇੱਕ ਵਾਰ ਵਿੱਚ 4 ਜਾਂ 5 ਅੰਡੇ ਦਿੰਦੀ ਹੈ ਇਹ ਅੰਡੇ ਲੰਬੇ ਅੰਡਾਕਾਰ ਤੇ ਚਮਕਦਾਰ ਹੁੰਦੇ ਹਨ ਇੱਕ ਮਜ਼ੇਦਾਰ ਗੱਲ ਇਹ ਹੈ ਕੀ ਕੋਈ ਚਿੜੀ ਦੇ ਅੰਡਿਆਂ ਦਾ ਭਾਰ ਇੱਕੋ ਜਿਹਾ ਨਹੀਂ ਹੁੰਦਾ ਸਗੋਂ ਉਹਨਾਂ ਦੇ ਤੋਲ ਵਿੱਚ ਕਈ ਵਾਰ ਬਹੁਤ ਅੰਤਰ ਹੁੰਦਾ ਹੈ ਜਿਹੜੀ ਇੱਕ ਤਰ੍ਹਾਂ ਨਾਲ ਸਮੁੱਚੇ ਪਸ਼ੂ ਪੰਛੀ ਜਗਤ ਦੀ ਪ੍ਰਤੀਨਿਧਤਾ ਕਰਦੀ ਹੈ ਕਿਹਦੀ ਕਰਦੀ ਹੈ ਪੂਰੇ ਪਸ਼ੂ ਪੰਛੀ ਜਗਤ ਦੀ ਪ੍ਰਤੀਨਿਧਤਾ ਕੌਣ ਕਰਦਾ ਹੈ ਚਿੜੀ ਜਿਹੜੀ ਆਪਣੇ ਫੁੱਦਕਨ ਦਾਣੇ ਚੂਗਣ ਗਰਦਨ ਕੁਮਾ ਕਿ ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਦੇਖਣ ਦੀ ਆਦਤ ਕਾਰਨ ਸਾਡੇ ਸਾਰਿਆਂ ਦਾ ਮਨ ਮੋਹ ਲੈਂਦੀ ਹੈ ਜਦੋਂ ਫੁਦਕਦੀ ਹੈ ਜਦੋਂ ਬੈਠ ਕੇ ਤੁਰਦੀ ਹੈ ਨਾ ਫੁਦਕ ਫੁਦਕ ਕੇ ਫੁਦਕਨ ਦਾਣੇ ਚੁਗਣ ਤੇ ਗਰਦਨ ਕੁਮਾ ਕੇ ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਦੇਖਣ ਦੀ ਆਦਤ ਕਰਕੇ ਸਾਰਿਆਂ ਦਾ ਮਨ ਮੋਹ ਲੈਂਦੀ ਹੈ ਕਦੀ ਤੁਸੀਂ ਦੇਖਣਾ ਉਹਨੂੰ ਛੱਤ ਤੇ ਬੈਠੀ ਨੂੰ ਇਸੇ ਲਈ ਉਹ ਥਾਂ ਨੂੰ ਚਿੜੀਆ ਘਰ ਦੇ ਨਾ ਨਰ ਯਾਦ ਕੀਤਾ ਜਾਂਦਾ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਪਸ਼ੂ ਪੰਛੀ ਇਕੱਠੇ ਕਰਕੇ ਰੱਖੇ ਜਾਂਦੇ ਹਨ ਉੱਥੇ ਕਲੀਆਂ ਚਿੜੀਆਂ ਥੋੜਾ ਹੁੰਦੀਆਂ ਆਪਾਂ ਚਿੜੀਆਂ ਘਰ ਕਹਿ ਦਿੰਨੇ ਆ ਪਰ ਕਲੀਆਂ ਚਿੜੀਆਂ ਥੋੜਾ ਹੁੰਦੀਆਂ ਉੱਥੇ ਤਰ੍ਹਾਂ ਤਰ੍ਹਾਂ ਦੇ ਪਸ਼ੂ ਪੰਛੀ ਹੁੰਦੇ ਨੇ ਇਸ ਕਰਕੇ ਚਿੜੀ ਜਿਹੜੀ ਸਾਡੇ ਪੂਰੇ ਪਸ਼ੂ ਪੰਛੀ ਜਗਤ ਦੀ ਕੀ ਕਰਦੀ ਹੈ ਪ੍ਰਤੀਨਿਧਤਾ ਕਰਦੀ ਹੈ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਕੁਝ ਬਰੇ ਪਹਿਲਾਂ ਸਾਡੇ ਘਰ ਦੇ ਵਿਹੜੇ ਵਿੱਚ ਫੁੱਦਕਣ ਵਾਲੀ ਚਿੜੀ ਅੱਜ ਗਿਣਤੀ ਵਿੱਚ ਘਟਦੀ ਜਾ ਰਹੀ ਹੈ ਜਿਵੇਂ ਪਹਿਲਾਂ ਚਿੜੀਆਂ ਮਿਲਦੀਆਂ ਸਨ ਬਹੁਤ ਮਾਤਰਾਜ ਪਰ ਹੁਣ ਆਪਾਂ ਨੂੰ ਅੱਜਕੱਲ੍ਹ ਘੱਟ ਹੀ ਚਿੜੀਆਂ ਦੇਖਣ ਨੂੰ ਮਿਲਦੀਆਂ ਨੇ ਅੱਜ ਇਹ ਹੀ ਚਿੜੀ ਸਾਡੀਆਂ ਆਪਣੀਆਂ ਗਲਤੀਆਂ ਕਾਰਨ ਸਾਡੇ ਤੋਂ ਦੂਰ ਹੁੰਦੀ ਚਲੀ ਜਾ ਰਹੀ ਹੈ ਕਿਉਂ ਅੱਗੇ ਦੇਖਦੇ ਹਾਂ ਇਸ ਨਿੱਕੇ ਜਿਹੇ ਪੰਛੀ ਨੂੰ ਬਚਾਉਣ ਖਾਤਰ ਅਸੀਂ ਸਾਲ 2010 ਵਿੱਚ 2010 ਤੋਂ ਹਰ ਸਾਲ 22 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ ਦੇਖੋ ਕਿਹੜੀ ਤਰੀਕ ਨੂੰ 22 ਮਾਰਚ ਕਿਹੜਾ ਦਿਵਸ ਹੈ ਵਿਸ਼ਵ ਚਿੜੀ ਦਿਵਸ ਯਾਦ ਰੱਖਣਾ ਬੱਚਿਓ ਤੁਸੀਂ ਵੀ ਕਿਦੋਂ ਤੋਂ ਸ਼ੁਰੂ ਕੀਤਾ ਆਪਾਂ 2010 ਤੋਂ ਕਈ ਇਹਨੂੰ 2010 ਵੀ ਕਹਿ ਦਿੰਦੇ ਨੇ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਤਾਂ ਜੋ ਲੋਕ ਇਸ ਨੂੰ ਬਚਾਉਣ ਖਾਤਰ ਜਾਗਰੂਕ ਹੋ ਸਕਨ ਲੋਕਾਂ ਨੂੰ ਇਸ ਚੀਜ਼ ਦੀ ਸੁਚੇਤ ਹੋ ਜਾਣ ਇਸ ਪ੍ਰਤੀ ਕਿਉਂਕਿ ਚਿੜੀਆਂ ਘਟਦੀਆਂ ਜਾ ਰਹੀਆਂ ਜੋ ਕਿ ਸਾਡੇ ਕੁਦਰਤ ਵਾਸਤੇ ਵੀ ਚੰਗੀ ਗੱਲ ਨਹੀਂ ਹੈ ਤੇ ਇਸ ਕਰਕੇ ਵਿਸ਼ਵ ਚਿੜੀ ਦਿਵਸ ਮਨਾਇਆ ਜਾਣ ਲੱਗ ਪਿਆ 2010 ਤੋਂ ਤਰੀਕ ਕਿਹੜੀ ਹੈ 20 ਮਾਰਚ ਦਿੱਲੀ ਵਿੱਚ ਤਾਂ ਇਸ ਦੀ ਗਿਣਤੀ ਹੋਰ ਵੀ ਘਟਦੀ ਜਾ ਰਹੀ ਹੈ ਇਸੇ ਲਈ ਦਿੱਲੀ ਸਰਕਾਰ ਨੇ 2012 ਵਿੱਚ ਇਸ ਨੂੰ ਰਾਜ ਪੰਛੀ ਦਾ ਦਰਜਾ ਦੇ ਦਿੱਤਾ ਸੀ ਕਿੰਨੂੰ ਚਿੜੀ ਨੂੰ ਕਿਹੜਾ ਪੰਛੀ ਰਾਜ ਪੰਛੀ ਦਿੱਲੀ ਦਾ ਰਾਜਪੰਛੀ ਕੌਣ ਹੈ ਫਿਰ ਚਿੜੀ ਇਸ ਦੇ ਬਾਵਜੂਦ ਵੀ ਇਸ ਰਾਜਪੰਛੀ ਚਿੜੀ ਦੀ ਗਿਣਤੀ ਦਿਨ-ਬਦਿਨ ਘਟਦੀ ਜਾ ਰਹੀ ਹੈ ਦਿਨੋਂ ਦੇ ਨੇ ਗਿਣਤੀ ਫਿਰ ਵੀ ਘਟਦੀ ਜਾ ਰਹੀ ਹੈ ਇਸ ਦੀ ਗਿਣਤੀ ਘਟਣ ਦੇ ਪਿੱਛੇ ਮਨੁੱਖ ਅਤੇ ਉਸ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਹੀ ਜ਼ਿੰਮੇਵਾਰ ਹਨ ਦੇਖੋ ਅਸੀਂ ਵਿਕਾਸ ਤਾਂ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਅਸੀਂ ਸਾਨੂੰ ਇਹਦਾ ਹਰਜਾਨਾ ਵੀ ਭੁਗਤਣਾ ਪੈ ਰਿਹਾ ਹੈ ਅਸੀਂ ਤਰੱਕੀ ਤਾਂ ਬਹੁਤ ਕੀਤੀ ਪਰ ਇਸ ਨਿੱਕੇ ਜਿਹੇ ਪੰਛੀ ਵੱਲ ਕਦੇ ਧਿਆਨ ਨਹੀਂ ਦਿੱਤਾ ਚਿੜੀਆਂ ਦੀ ਘਟਦੀ ਗਿਣਤੀ ਦੇ ਮੁੱਖ ਕਾਰਨ ਹਨ ਦਾਣੇ ਤੇ ਪਾਣੀ ਦੀ ਕਮੀ ਆਲਣਾ ਬਣਾਉਣ ਲਈ ਥਾਂ ਦੀ ਕਮੀ ਤੇ ਤੇਜ਼ੀ ਨਾਲ ਘਟਦੇ ਦਰਖਤ ਦੇਖੋ ਤਿੰਨ ਕਾਰਨ ਤੁਸੀਂ ਯਾਦ ਰੱਖਣੇ ਹਨ ਦਾਣੇ ਤੇ ਪਾਣੀ ਦੀ ਕਮੀ ਆਲਣਾ ਬਣਾਉਣ ਲਈ ਥਾਂ ਦੀ ਕਮੀ ਤੇ ਤੇਜ਼ੀ ਨਾਲ ਘਟਦੇ ਦਰਖਤ ਸੂਪਰਮਾਰਕਟਸ ਸੰਸਕ੍ਰਿਤੀ ਦੇ ਕਾਰਨ ਪੰਸਾਰੀ ਦੀਆਂ ਦੁਕਾਨਾਂ ਘਟ ਰਹੀਆਂ ਹਨ ਕਿਉਂਕਿ ਅੱਜ ਕੱਲ ਇਕੋ ਥਾਂ ਤੇ ਸਾਰਾ ਕੁਝ ਕਹਿੰਦੇ ਨੇ ਇੱਕ ਛਤ ਤੇ ਥੱਲੇ ਹੀ ਸਾਰਾ ਕੁਝ ਮਿਲ ਜਾਂਦਾ ਸੂਪਰਮਾਰਕਟ ਪੰਸਾਰੀ ਦੀਆਂ ਦੁਕਾਨਾਂ ਹੁਣ ਘਟ ਗਈਆਂ ਤੇ ਚਿੜੀ ਲਈ ਦਾਣੇ ਦੀ ਘਾਟ ਹੋ ਰਹੀ ਹੈ ਕਿਉਂਕਿ ਅੱਜ ਕੱਲ ਸਭ ਕੁਝ ਪੈਕਟਾਂ ਦੇ ਵਿੱਚ ਮਿਲਦਾ ਹੈ ਤੇ ਜਿਹੜੀ ਜਿਹੜੀ ਅੱਗੇ ਬੋਰੀ ਦੇ ਵਿੱਚੋਂ ਦਾਣੇ ਚੁੱਕ ਕੇ ਚੱਲ ਜਾਂਦੀ ਸੀ ਅੱਜ ਕੱਲ ਉਹਨੂੰ ਉਹ ਬੋਰੀਆਂ ਹੀ ਨਹੀਂ ਮਿਲ ਰਹੀਆਂ ਕਿਉਂਕਿ ਸਭ ਕੁਝ ਪੈਕਡ ਮਿਲਦਾ ਹੈ ਮੋਬਾਈਲ ਟਰੈਵਰਾਂ ਤੋਂ ਨਿਕਲਣ ਵਾਲੀਆਂ ਤਰੰਗਾਂ ਇਹਨਾਂ ਲਈ ਬਹੁਤ ਹਾਨੀਕਾਰਕ ਹਨ ਅਗਲੀ ਚੀਜ਼ ਕੀ ਹੈ ਮੋਬਾਈਲ ਟਾਵਰਾਂ ਚੋਂ ਨਿਕਲਣ ਵਾਲੀਆਂ ਜਿਹੜੀਆਂ ਹਾਨੀਕਾਰਕ ਤਰੰਗਾਂ ਸਾਰਿਆਂ ਲਈ ਹਾਨੀਕਾਰਕ ਤੇ ਨਹੀਂ ਪਰ ਇਹ ਛੋਟੇ ਜਿਹੇ ਜੀਵ ਲਈ ਤਾਂ ਬਹੁਤ ਹੀ ਹਾਨੀਕਾਰਕ ਹੈ ਅਤੇ ਇਹਨਾਂ ਤਰੰਗਾਂ ਕਾਰਨ ਇਹ ਆਪਣੇ ਰਸਤੇ ਦੀ ਖੋਜ ਵੀ ਨਹੀਂ ਕਰ ਸਕਦੀਆਂ ਆਵਾਜਾਈ ਦੇ ਵੱਦ ਦੇ ਸਾਧਨਾ ਵਿੱਚੋਂ ਨਿਕਲਣ ਵਾਲਾ ਧੂਆਂ ਅਤੇ ਉਸ ਧੂਏ ਕਾਰਨ ਵੱਦ ਦਾ ਤਾਪਮਾਨ ਵੀ ਇਹਨਾਂ ਦੀ ਘਟਦੀ ਗਿਣਤੀ ਦਾ ਮੁੱਖ ਕਾਰਨ ਹੈ ਦੇਖੋ ਕਿੰਨੇ ਕਾਰਨ ਹੋ ਗਏ ਪਹਿਲਾਂ ਆਪਾਂ ਇੱਥੇ ਤਿੰਨ ਪੜੇ ਸੀ ਕਿ ਉਹਨੂੰ ਦਾਣਾ ਪਾਣੀ ਨਹੀਂ ਮਿਲ ਰਿਹਾ ਆਲਣਾ ਮਣਾਉਣ ਲਈ ਥਾਂ ਨਹੀਂ ਮਿਲ ਰਹੀ ਤੇ ਤੇਜ਼ੀ ਨਾਲ ਘਟਦੇ ਇਦਰਾ ਤੋਂ ਬਾਅਦ ਟਾਵਰਾਂ ਚੋਂ ਨਿਕਲਣ ਵਾਲੀ ਜਿਹੜੀ ਮੋਬਾਈਲ ਦੇ ਟਾਵਰਾਂ ਚੋਂ ਨਿਕਲਣ ਵਾਲੀਆਂ ਜਿਹੜੀ ਤਰੰਗਾਂ ਨੇ ਉਹ ਉਹਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਤੇ ਜਿਹੜਾ ਆਵਾਜਾਈ ਦੇ ਸਾਧਨਾਂ ਵਿੱਚੋਂ ਨਿਕਲਣ ਵਾਲਾ ਧੂਆਂ ਉਹਦੇ ਕਰਕੇ ਤਾਪਮਾਨ ਦੇ ਵਿੱਚ ਜਿਹੜੀ ਵਿਰਧੀ ਹੋ ਜਾਂਦੀ ਹੈ ਉਸ ਕਰਕੇ ਵੀ ਇਹਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਇਸ ਤੋਂ ਇਲਾਵਾ ਅੱਜ ਕੱਲ੍ਹ ਲੋਕ ਖੇਤਾਂ ਅਤੇ ਆਪਣੇ ਗਮਲਿਆਂ ਦੇ ਰੁੱਖ ਬੂਟਿਆਂ ਵਿੱਚ ਵੀ ਰਸਾਇਣਿਕ ਖਾਦ ਪਾਉਣ ਲੱਗ ਪਏ ਹਨ ਜਿਸ ਕਾਰਨ ਇਸ ਪੰਛੀ ਨੂੰ ਆਪਣਾ ਖਾਣਾ ਵੀ ਪੂਰੀ ਤਰ੍ਹਾਂ ਨਹੀਂ ਮਿਲ ਰਿਹਾ ਅੱਜ ਸਾਡੇ ਘਰਾਂ ਵਿੱਚ ਵੇੜੇ ਵੀ ਕਿੱਥੇ ਹਨ ਵੇੜੇ ਹੈਗੇ ਤੁਹਾਡੇ ਘਰਾਂ 'ਚ ਵੇੜੇ ਵੀ ਜਿਹੜੇ ਨੇ ਅੱਜ ਕੱਲ੍ਹ ਗਾਇਬ ਹੋ ਗਏ ਨੇ ਕਿਉਂਕਿ ਅੱਜ ਕੱਲ੍ਹ ਪੂਰੀ ਤਰ੍ਹਾਂ ਅਸੀਂ ਕਵਰਡ ਘਰ ਬਣਾਉਣ ਲੱਗ ਪਏ ਆ ਫੇਰ ਵਿਚਾਰੀ ਜਿਹੜੀ ਆਪਣਾ ਘਰ ਬਣਾਏ ਤੇ ਬਣਾਏ ਕਿੱਥੇ ਆਧੁਨਿਕ ਯੁੱਗ ਵਿੱਚ ਪੱਕੇ ਘਰਾਂ ਦੀ ਵੱਧਦੀ ਗਿਣਤੀ ਅਤੇ ਘਟਦੇ ਜਾ ਰਹੇ ਬਾਗ ਬਗੀਚੇ ਵੀ ਉਸ ਦੇ ਘਰ ਨੂੰ ਉਸ ਤੋਂ ਖੋ ਰਏ ਹਨ ਇੱਥੋਂ ਤੱਕ ਕਿ ਕਬੂਤਰਾਂ ਲਈ ਤਾਂ ਦਾਣਾ ਚੁਗਣ ਦੀਆਂ अनेका ਥਾਵਾਂ ਬਣਾਈਆਂ ਗਈਆਂ ਹਨ ਪਰ ਚਿੜੀਆਂ ਲਈ ਅਜੇ ਤੱਕ ਅਜਿਹੀ ਕੋਈ ਥਾਂ ਨਹੀਂ ਬਣਾਈ ਗਈ ਚਿੜੀ ਵਿਚਾਰੀ ਕੀ ਕਰੇ ਬੱਚਿਓ ਹਾਂ ਸਾਡੇ ਸਾਹਮਣੇ ਮਸਲਾ ਇਸ ਨੂੰ ਬਚਾਉਣ ਦਾ ਹੈ ਆਪਾਂ ਦੇਖਿਆ ਕੀ ਕੁਛ ਚਿੜੀ ਨਾਲ ਕੀ ਕੁਛ ਹੋਇਆ ਚਿੜੀ ਨੂੰ ਦੀ ਗਿਣਤੀ ਕਿਉਂ ਘਟਦੀ ਜਾ ਰਹੀ ਉਹਨੂੰ ਕੀ ਨੁਕਸਾਨ ਹੋ ਰਿਹਾ ਹੈ ਕਹਿੰਦੇ ਉਹਨਾਂ ਨੂੰ ਕਿਵੇਂ ਬਚਾਇਆ ਜਾਏ ਹੁਣ ਤਰੀਕਾ ਦੱਸਿਆ ਤੇ ਅਸੀਂ ਆਪਣੀ ਛੱਤ ਜਾਂ ਛੱਜੇ ਉੱਤੇ ਇੱਕ ਸਾਫ਼ ਸੁਥਰੀ ਥਾਂ ਛਾਂਦਾਰ ਥਾਂ ਤੇ ਇੱਕ ਕੋਲੀ ਵਿੱਚ ਚੌਲ ਤੇ ਇੱਕ ਮਿੱਟੀ ਦੇ ਭਾਂਡੇ ਵਿੱਚ ਇਹਨਾਂ ਦੇ ਪੀਣ ਲਈ ਪਾਣੀ ਰੱਖ ਕੇ ਇਹਨਾਂ ਨੂੰ ਬਚਾ ਸਕਦੇ ਹਾਂ ਦੇਖੋ ਇੱਕ ਸਿੰਪਲ ਜਿਹਾ ਤਰੀਕਾ ਆਪਣੀ ਛੱਤ ਜਾਂ ਛੱਜੇ ਤੇ ਕੀ ਰੱਖਣਾ ਇੱਕ ਸਾਫ਼ ਸੁਥਰੀ ਛਾਂਦਾਰ ਜਗ੍ਹਾ ਉਹਦੇ ਵਾਸਤੇ ਲੱਭਣੀ ਹੈ ਜਾਂ ਬਣਾ ਵੀ ਸਕਦੇ ਹਾਂ ਅੱਜ ਕੱਲ੍ਹ ਕਈ ਤਰੀਕੇ ਮਿਲ ਜਾਂਦੇ ਨੇ ਤੁਸੀਂ ਇਹਨੂੰ ਆਨਲਾਈਨ ਚੈੱਕ ਕਰ ਸਕਦੇ ਹੋ ਕਿ ਕਿਵੇਂ ਇੱਕ ਚਿੜੀ ਲਈ ਛਾਂਦਾਰ ਜਗ੍ਹਾ ਬਣਾਈ ਜਾ ਸਕਦੀ ਹੈ ਤੇ ਕੋਲੀਆਂ ਤੇ ਸਾਰਿਆਂ ਦੇ ਘਰਾਂ 'ਚ ਐਕਸਟਰਾ ਹੁੰਦੀਆਂ ਹੀ ਨੇ ਉਹਦੇ ਵਿੱਚ ਚੌਲ ਪਾ ਦਿਓ ਤੇ ਇੱਕ ਮਿੱਟੀ ਦੇ ਭਾਂਡੇ ਵਿੱਚ ਜਿਹੜਾ ਕਿ 40-50 ਰੁਪਏ ਵਿੱਚ ਮਿਲ ਜੇਗਾ ਕੋਈ ਆਰਾਮ ਨਾਲ ਤੇ ਇਹਦੇ ਵਿੱਚ ਕੀ ਰੱਖਣਾ ਹੈ ਪੀਣ ਲਈ ਪਾਣੀ ਤੇ ਇਸ ਤਰ੍ਹਾਂ ਕੁਝ ਬਚਾ ਹੋ ਸਕਦਾ ਹੈ ਕੋਸ਼ਿਸ਼ ਆਪਾਂ ਕਰ ਸਕਦੇ ਆ ਅਸੀਂ ਆਵਾਜਾਈ ਦੇ ਸਾਧਨਾਂ ਦੀ ਘੱਟ ਵਰਤੋਂ ਕਰਕੇ ਅਤੇ ਵੱਧ ਦੇ ਮੋਬਾਈਲ ਟਾਵਰਾਂ ਨੂੰ ਘਟਾ ਕੇ ਇਸ ਦੀ ਗਿਣਤੀ ਘਟਦੀ ਗਿਣਤੀ ਤੇ ਰੋਕ ਲਾ ਸਕਦੇ ਹਾਂ ਫਿਰ ਤੁਸੀਂ ਵੇਖੋਗੇ ਇਹ ਜਿਹੜੀ ਮੁੜ ਤੁਹਾਡੇ ਵੇੜਿਆਂ ਵਿੱਚ ਜਿਹੜੇ ចਹੋਂਦੀ ਨਜ਼ਰ ਆਏਗੀ ਹਤੇਜ ਦੀ ਚੀਂ ਚੀਂ ਦੀ ਆਵਾਜ਼ ਦਾ ਮਿੱਠਾ ਰਾਗ ਤੁਹਾਡੇ ਕੰਨਾਂ ਨੂੰ ਮੁੜ ਸੁਣਾਈ ਦੇਵੇਗਾ ਸੋ ਇਹ ਬੱਚਿਓ ਸੀ ਆਪਣਾ ਪਾਠ ਦਿੱਲੀ ਦਾ ਰਾਜਪੰਛੀ ਚਿੜੀ ਤੇ ਅਸੀਂ ਦੇਖਿਆ ਕਿ ਉਹਦੀ ਗਿਣਤੀ ਕਿਵੇਂ ਘਟਦੀ ਜਾ ਰਹੀ ਏ ਤੇ ਉਸ ਦੀ ਗਿਣਤੀ ਨੂੰ ਹੋਰ ਘਟਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਤੇ ਇਹਦੇ ਵਿੱਚ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਸੋ ਤੁਸੀਂ ਇਸ ਦੀ ਕੋਸ਼ਿਸ਼ ਕਰਨੀ ਹੈ ਧੰਨਵਾਦ